गुड मॉर्निंग स्टूडेंट्स, आज बच्चों आपां जो ज्योग्राफी लैसन टू दा ए पार्ट आ जिन्हां विच पहला आपां हिमालय पर्वत दे बारे विच कीता सी ते उसदे वक्ख वक्ख भागां दे बारे, फिर आपां उत्तरी विशाल मैदानां दे बारे विच पढ़िया सी ते अज आपां जो तीसरा भाग आ प्रायद्वीपी पठार इहदे बारे विच पढ़ांगे। जो ये प्रायद्वीपी पठार आ ये भारत दा तीसरा जिहड़ा गा प्रमुख भाग आ। ਇਹ ਮੱਧ ਭਾਰਤ ਤੇ ਦੱਖਣੀ ਭਾਰਤ ਦੇ ਪਠਾਰੀ ਇਲਾਕਾ ਹੈ। ਇਹ ਇੱਕੋ ਜਿਹਾ ਨਹੀਂ ਤੇ ਇੱਕ ਅੱਗੇ ਅਗੜਾ ਦੁਗੜਾ ਗਾ ਵਨ ਸਮਾਨਤਾ ਜਿਹੜੀ ਇਹਦੇ ਵਿੱਚ ਪਾਈ ਜਾਂਦੀ ਹੈ। ਇਹ ਇਸਦਾ ਜਿਹੜਾ ਜਨਮ ਆ ਇਹ ਜਿਹੜਾ ਲਗਭਗ 50 ਕਰੋੜ ਸਾਲ ਪਹਿਲਾਂ ਕਦੋਂ ਆਇਆ ਸੀ ਪਠਾਰੀ ਦਾ 50 ਕਰੋੜ ਸਾਲ ਪਹਿਲਾਂ ਪ੍ਰੀ ਕੈਬਰੀਅਨ ਕੀ ਸੀਗਾ ਪ੍ਰੀ ਕੈਬਰੀਅਨ ਜੋ ਮਹਾਂਕਾਲ ਸੀ ਉਹਦੇ ਵਿੱਚ ਹੋਇਆ ਸੀਗਾ। ਤਾਂ ਇਹ ਅਗਨੀ ਚਟਾਨਾਂ ਤੋਂ ਬਣੀ ਹੋਈ ਪਠਾਰ ਆ ਕਿ ਜਵਾਲਾਮੁਖੀ ਫਟਣ ਦੇ ਨਾਲ ਜੋ ਲਾਵਾ ਬਾਹਰ ਨਿਕਲਦਾ ਉਸ ਦੇ ਜਮ੍ਹਾਂ ਹੋਣ ਦੇ ਨਾਲ ਜੋ ਅਗਨੀ ਚਟਾਨਾਂ ਹੈ ਉਹਨਾਂ ਦੇ ਵਿੱਚੋਂ ਜਿਹੜੀ ਇਹ ਪਠਾਰੀ ਇਲਾਕਾ ਬਣਿਆ ਹੋਇਆ ਪ੍ਰਾਇਦੀਪੀ ਪਠਾਰ ਬਣੀ ਹੈ। ਇਸ ਦੀ ਜਿਹੜੀ ਔਸਤ ਉਚਾਈ ਆ ਉਹ 600 ਮੀਟਰ ਤੋਂ ਲੈ ਕੇ ਇਸ ਦੀ ਜੋ ਔਸਤ ਉਚਾਈ ਆ ਉਹ ਆ 600 ਮੀਟਰ ਤੋਂ ਲੈ ਕੇ 900 ਮੀਟਰ ਤੱਕ ਆ ਬੇਟਾ ਇਸਦੀ ਉਚਾਈ ਹੈ। ਇਸ ਦੇ ਦੋ ਭਾਗ ਨੇ ਗੇ, ਮੁੱਖ ਭਾਗ ਨੇ ਜਿਵੇਂ ਮਾਲਵਾ ਦੀ ਪਠਾਰ ਤੇ ਦੱਖਣ ਦੀ ਪਠਾਰ। ਇਹ ਕੀ ਆ ਦੱਖਣ ਦੀ ਪਠਾਰ, ਇਹ ਆ ਮਾਲਵਾ ਦੀ ਪਠਾਰ। ਇਸ ਤੋਂ ਇਲਾਵਾ ਮੱਧ ਭਾਰਤ ਦੀ ਪਠਾਰ ਆ, ਪਰ ਪ੍ਰਮੁੱਖ ਜਿਹੜੇ ਨੇ ਗੇ ਦੋ ਨੇ, ਜਿਸ ਤਰ੍ਹਾਂ ਮੱਧ ਭਾਰਤ ਦੀ ਪਠਾਰ, ਮਾਲਵਾ ਦੀ ਪਠਾਰ ਤੇ ਦੱਖਣ ਦੀ ਪਠਾਰ ਆ। ਤਾਂ ਜਿਹੜਾ ਇਹ ਅਰਾਵਲੀ ਪਰਬਤ ਜਿਹੜੀ ਪ੍ਰਾਇਦੀਪੀ ਪਠਾਰ ਆ, ਇੱਧਰ ਦੇਖ ਰਹੇ ਹੋ ਰਾਜਸਥਾਨ, ਰਾਜਸਥਾਨ ਦੇ ਵਿੱਚ ਕੀ ਆ ਅਰਾਵਲੀ ਪਰਬਤ, ਅਰਾਵਲੀ ਪਰਬਤ ਆ। ਤਾਂ ਜਿਹੜਾ ਗਾ ਪੱਛਮ ਦੇ ਵਿੱਚ ਰਾਜਸਥਾਨ ਦੇ ਵਿੱਚ ਇਹ ਅਰਾਵਲੀ ਪਰਬਤ ਤੋਂ ਲੈ ਕੇ ਪੂਰਬ ਦੇ ਵਿੱਚ ਅੱਜ ਦੇਖ ਰਹੇ ਹਾਂ ਇੱਥੇ ਕੀ ਆ ਸ਼ਿਲਾਂਗ ਦੀ ਪਠਾਰ, ਸ਼ਿਲਾਂਗ ਦੀ ਪਠਾਰ ਆ। ਤਾਂ ਇਹ ਅਰਾਵਲੀ ਪਰਬਤ ਤੋਂ ਲੈ ਕੇ ਸ਼ਿਲਾਂਗ ਦੀ ਪਠਾਰ ਤੱਕ, ਤੇ ਦੱਖਣ ਦੇ ਵਿੱਚ ਇੱਥੇ ਜੋ ਦੇਖ ਰਹੇ ਹਾਂ ਇੱਥੇ ਆ ਕੰਨਿਆ ਕੁਮਾਰੀ ਤੱਕ ਜਿਹੜਾ ਇਹ ਫੈਲਿਆ ਹੋਇਆ। ਇਸ ਤਰ੍ਹਾਂ ਇਹ ਤ੍ਰੈਭੁਜ ਆਕਾਰ ਦਾ। ਇਸ ਵਿੱਚ ਜੋ ਅਰਾਵਲੀ ਪਰਬਤ ਆ ਇੱਥੇ ਜੋ ਵਿੰਧਿਆਚਲ ਤੇ ਸਤਪੁੜਾ ਇਹ ਸ਼੍ਰੇਣੀਆਂ ਆਉਂਦੀਆਂ ਨੇ। ਇਸ ਤੋਂ ਇਲਾਵਾ ਪੂਰਬੀ ਘਾਟ ਤੇ ਪੱਛਮੀ ਘਾਟ ਤੇ ਨੀਲਗਿਰੀ ਜਿਹੜੇ ਨੇ ਇੱਥੇ ਪਰਬਤ ਹੋਏ ਨੇ ਇਹਦੇ ਵਿੱਚ ਆਉਂਦੇ। ਹੁਣ ਜਿਹੜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੱਧ ਭਾਰਤ ਦੀ ਪਠਾਰ ਦੀ। ਜੋ ਮੱਧ ਭਾਰਤ ਦੀ ਪਠਾਰ ਆ ਇਹ ਮਾਰਵਾੜ ਪਠਾਰ ਦੇ ਪੂਰਬ ਦੇ ਵਿੱਚ ਆ। ਇਸ ਵਿੱਚ ਜੋ ਦਰਾੜ ਘਾਟੀ ਆ, ਦਰਾੜ ਘਾਟੀ ਵਿੱਚ ਆ ਦੇਖ ਰਹੇ ਹੋ ਚੰਬਲ ਨਦੀ ਆ, ਇਸ ਦੀਆਂ ਸਹਾਇਕ ਨਦੀਆਂ ਜਿਵੇਂ ਬੇਤਵਾ, ਸੋਨ, ਕੇਨ ਨਦੀਆਂ ਸੀਗੀਆਂ ਇਹ ਇੱਥੇ ਵਗਦੀਆਂ ਨੇ। ਇਸ ਤਰ੍ਹਾਂ ਕੀ ਹੈ ਕਿ ਇਹ ਕਟਿਆ ਫਟਿਆ ਜਿਹੜਾ ਹੈਗਾ ਹੈਗਾ, ਤੇ ਅਗੜੀਆਂ ਦੁਗੜੀਆਂ ਜਿਹੜੀਆਂ ਸੀ ਚਟਾਨਾਂ ਨੇ। ਇਹਦੇ ਵਿੱਚ ਜੋ ਬੁੰਦੇਲਖੰਡ ਆ ਉਹ ਆ ਇਲਾਕਾ ਪੈਂਦਾ ਹੈਗਾ। ਇਸ ਤੋਂ ਇਲਾਵਾ ਜਿਹੜਾ ਇੱਥੇ ਜਿਹੜਾ ਹੈਗਾ ਛੋਟਾ ਨਾਗਪੁਰ ਦਾ ਪਠਾਰ ਆ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਮਾਲਵਾ ਦੀ ਪਠਾਰ। ਇੱਥੇ ਤੁਸੀਂ ਆਹ ਦੇਖ ਰਹੇ ਹੋ ਆ ਮਾਲਵਾ ਦੀ ਪਠਾਰ ਆ। ਇਹ ਪੱਛਮ ਵੱਲ ਜੋ ਅਰਾਵਲੀ ਸ਼੍ਰੇਣੀ ਆ, ਅਰਾਵਲੀ ਸ਼੍ਰੇਣੀ ਤੇ ਦੱਖਣ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਅਰਾਵਲੀ ਸ਼੍ਰੇਣੀ ਦਾ ਜਿਹੜਾ ਸਾਰਾ ਪਾਸਾ ਕੀ ਹੈ ਦੱਖਣ। ਤਾਂ ਇੱਥੇ ਦੱਖਣ ਦੇ ਵਿੱਚ ਕੀ ਹੈਗਾ ਵਿੰਧਿਆਚਲ ਤੇ ਜਿਹੜਾ ਹੈਗਾ ਸਤਪੁੜਾ ਆ ਰਿਹਾ। ਤਾਂ ਇਸ ਤਰ੍ਹਾਂ ਪੂਰਬ ਦੇ ਵਿੱਚ ਜਿਹੜਾ ਹੈਗਾ ਛੋਟਾ ਨਾਗਪੁਰ, ਹੁਣੇ ਤੁਹਾਨੂੰ ਦੱਸਿਆ ਸੀਗਾ ਛੋਟਾ ਨਾਗਪੁਰ ਦਾ ਪਠਾਰ ਆ। ਤਾਂ ਇਹ ਜਿਹੜਾ ਹੈਗਾ ਸ਼ਿਲਾਂਗ ਦੀ ਪਠਾਰ ਤੱਕ ਜਿਹੜਾ ਹੈਗਾ ਇਹ ਤ੍ਰੈਭੁਜ ਆਕਾਰ ਦਾ। ਤਾਂ ਇਸ ਪਠਾਰ ਦੇ ਵਿੱਚ ਜਿਸ ਤਰ੍ਹਾਂ ਕੀ ਹੈਗੀਆਂ ਨਰਮਦਾ, ਤਾਪਤੀ ਤੇ ਮਾਹੀ ਇਹ ਨਦੀਆਂ ਜਿਹੜੀਆਂ ਨੇਗੀਆਂ ਵਗਦੀਆਂ ਨੇ ਤੇ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਨੇ। ਇਸ ਤਰ੍ਹਾਂ ਚੰਬਲ, ਬੇਤਵਾ, ਸੋਨ ਜਿਹੜੀਆਂ ਨੇਗੀਆਂ ਕੇਨ ਨਦੀਆਂ, ਇਸ ਦੀਆਂ ਹੋਰ ਸਹਾਇਕ ਨਦੀਆਂ ਨੇ ਇਹ ਜਿਹੜੀਆਂ ਨੇਗੀਆਂ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਡਿੱਗਦੀਆਂ ਨੇ। ਇਸ ਤਰ੍ਹਾਂ ਇਹ ਖਣਿਜ ਪਦਾਰਥਾਂ ਦੇ ਨਾਲ ਭਰਪੂਰ ਜਿਹੜਾ ਹੈਗਾ ਜਿਹੜਾ ਖੇਤਰ ਹੈਗਾ ਤੇ ਛੋਟਾ ਨਾਗਪੁਰ ਦੀ ਪਠਾਰ ਜਿਹੜਾ ਇਸ ਨੂੰ ਕਿਹਾ ਜਾਂਦਾ। ਤਾਂ ਇਹ ਪਠਾਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਵਾਲਾਮੁਖੀ ਫਟਣ ਦੇ ਨਾਲ ਜਿਹੜੀ ਵਿਛਾਈ ਗਈ ਮਿੱਟੀ ਹੈ, ਭਾਵ ਕਿ ਜੋ ਕਾਲੀ ਮਿੱਟੀ ਹੈ ਜਿਹੜੀ ਕਿ ਕਪਾਹ ਦੀ ਖੇਤੀ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ ਉਹਦੇ ਨਾਲ ਬਣਿਆ ਹੋਇਆ ਹੈਗਾ। ਇਸ ਤਰ੍ਹਾਂ ਇਹਦੇ ਵਿੱਚ ਹੁਣ ਦੱਸ ਚੁੱਕੇ ਹਾਂ ਤੁਹਾਨੂੰ ਕਿ ਰਾਵਲੀ, ਵਿੰਧਿਆਚਲ ਤੇ ਸਤਪੁੜਾ ਦੀਆਂ ਸ਼੍ਰੇਣੀਆਂ ਵੀ ਆਉਂਦੀਆਂ ਨੇਗੀਆਂ। ਤਾਂ ਰਾਜਸਥਾਨ ਦੇ ਵਿੱਚ ਆਹ ਦੇਖ ਰਹੇ ਹੋ ਤੁਸੀਂ ਮਾਊਂਟ ਆਬੂ ਗੁਰੂ ਸ਼ਿਖਰ ਚੋਟੀ ਹੈ ਜਿਸ ਦੀ ਉਚਾਈ ਜਿਹੜੀ ਹੈ 1722 ਮੀਟਰ ਹੈਗੀ ਹੈ। ਹੁਣ ਆਪਾਂ ਜਿਹੜੀ ਆ ਗੱਲ ਕਰਾਂਗੇ ਦੱਖਣ ਦੀ ਪਠਾਰ। ਤਾਂ ਦੱਖਣ ਦੀ ਪਠਾਰ ਜਿਹੜੀ ਹੈ ਇਹ
ਆਹ ਸਾਰਾ ਦੇਖਦੇ ਹਾਂ ਦੱਖਣ ਦੀ ਪਠਾਰ ਆ, ਤਾਂ ਇਹ ਸਾਰਾ ਪਾਸਾ ਜਿਹੜਾ ਹੈਗਾ ਸਾਡੇ ਦੱਖਣ ਦੀ ਪਠਾਰ ਦਾ, ਇਹ 5 ਲੱਖ ਵਰਗ ਕਿਲੋਮੀਟਰ ਦੇ ਵਿੱਚ ਕਿੱਥੇ ਹੈਗਾ ਇਹ ਜੋ ਸਾਡੇ ਦੱਖਣ ਦੀ ਪਠਾਰ ਆ, ਇਹ 5 ਲੱਖ ਵਰਗ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈਗਾ। ਇਹ ਪ੍ਰਾਇਦੀਪੀ ਪਠਾਰ ਦਾ ਜਿਹੜਾ ਸਭ ਤੋਂ ਵੱਡਾ ਪਠਾਰ ਹੈਗਾ। ਇਸ ਪਠਾਰ ਦੀ ਜਿਹੜੀ ਢਲਾਣ ਆ ਉਹ ਪੱਛਮ ਤੋਂ ਲੈ ਕੇ ਪੂਰਬ ਵਾਲੇ ਪਾਸੇ ਆ। ਇਸੇ ਕਰਕੇ ਜਿਹੜੀਆਂ ਇੱਥੇ ਵਗਣ ਵਾਲੀ ਨਦੀਆਂ ਜਿਸ ਤਰ੍ਹਾਂ ਕਿ ਨਦੀ ਹੈਗੀ ਆ ਕਾਵੇਰੀ ਨਦੀ ਆ, ਆ ਪੈਨਾਰ ਆ, ਇਸ ਤੋਂ ਇਲਾਵਾ ਇੱਥੇ ਜਿਹੜੀ ਆ ਕ੍ਰਿਸ਼ਨਾ ਨਦੀ ਆ, ਆ ਤੁੰਗ ਪੱਧਰਾ, ਇਸ ਤੋਂ ਇਲਾਵਾ ਮਹਾਂ ਜਿਹੜੀ ਆ ਗੋਦਾਵਰੀ ਨਦੀ ਆ, ਅਤੇ ਸਾਡੇ ਕੋਲ ਮਹਾਂ ਨਦੀ ਆ। ਇਹ ਨਦੀਆਂ ਜਿਹੜੀਆਂ ਨੇ ਇਹ ਪੂਰਬ ਵੱਲ ਨੂੰ ਵਗਦੀਆਂ ਨੇ ਅਤੇ ਬੰਗਾਲ ਦੀ ਖਾੜੀ ਦੇ ਵਿੱਚ ਆ ਕੇ ਡਿੱਗਦੀਆਂ। ਤਾਂ ਮੌਸਮੀ ਨਦੀਆਂ ਦੇ ਕਾਰਨ ਇਸ ਤੋਂ ਜਿਹੜੇ ਵੱਖ ਵੱਖ ਸਾਨੂੰ ਭੂਗੋਲਿਕ ਭਾਗ ਵੀ ਮਿਲਦੇ ਨੇਗੇ। ਜਿਸ ਤਰ੍ਹਾਂ ਮਹਾਰਾਸ਼ਟਰ ਦੀ ਪਠਾਰ, ਇੱਥੇ ਕਿਹੜੀ ਆ ਮਹਾਰਾਸ਼ਟਰ ਦੀ ਪਠਾਰ ਆ, ਇਸ ਤੋਂ ਇਲਾਵਾ ਜਿਹੜਾ ਇੱਥੇ ਸਾਡੇ ਕੋਲ ਕਰਨਾਟਕ ਦੀ ਪਠਾਰ ਆ, ਕਰਨਾਟਕ ਦੀ ਪਠਾਰ ਆ, ਇੱਥੇ ਜਿਹੜੇ ਸਾਡੇ ਕੋਲ ਤੇਲੰਗਾਨਾ, ਕਿਉਂਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਇੱਥੇ ਹੈਗੀ ਆ, ਤੇਲੰਗਾਨਾ ਦੀ ਪਠਾਰ ਆ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਨੇਗੇ ਪੱਛਮੀ ਘਾਟ ਅਤੇ ਪੂਰਬੀ ਘਾਟ ਆ ਜਾਂਦੇ, ਅਤੇ ਦੱਖਣ ਪਹਾੜੀ ਜਿਹੜਾ ਸਮੂਹ ਆ ਜਾਂਦਾ ਹੈਗਾ। ਹੁਣ ਜਿਹੜਾ ਆਪਾਂ ਇਹਨਾਂ ਦੇ ਵਿੱਚੋਂ ਗੱਲ ਕਰਾਂਗੇ ਕਿ ਸਾਡੇ ਕੋਲ ਪੱਛਮੀ ਘਾਟ ਆ ਅਤੇ ਜਿਹੜੇ ਸਾਡੇ ਕੋਲ ਪੂਰਬੀ ਘਾਟ ਨੇ ਇਹਨਾਂ ਦੇ ਵਿੱਚ, ਤਾਂ ਜਿਹੜੇ ਆ ਪੱਛਮੀ ਘਾਟ ਨੇਗੇ ਇਹਦੇ ਵਿੱਚ ਕਿਹਾ ਕਿ ਉੱਤਰ ਤੋਂ ਇਹ ਸਾਡੇ ਕੋਲ ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਜੋ ਅੱਜ ਅਰਬ ਸਾਗਰ, ਅਰਬ ਸਾਗਰ ਦੇ ਸਮਾਨ ਜਿਹੜਾ ਹੈਗਾ ਇਹ ਫੈਲਿਆ ਹੋਇਆ ਹੈਗਾ। ਇਸਦੇ ਵਿੱਚ ਜਿਹੜੇ ਨੇ ਪਹਾੜੀ ਪਰਬਤੀ ਲੜੀਆਂ ਵੀ ਸਾਡੇ ਆਉਂਦੀਆਂ ਨੇ। ਇਸ ਵਿੱਚ ਸਭ ਤੋਂ ਉੱਚੀ ਚੋਟੀ ਜਿਹੜੀ ਆ ਅਨਾਇਮੁਦੀ ਕਿਹੜੀ ਹੈਗੀ ਆ, ਸਾਡੇ ਕੋਲ ਸਭ ਤੋਂ ਉੱਚੀ ਜਿਹੜੀ ਹੈਗੀ ਆ ਅਨਾਇਮੁਦੀ ਆ, ਇਹ ਉੱਚੀ ਚੋਟੀ ਹੈਗੀ ਆ। ਅਤੇ ਪੱਛਮੀ ਘਾਟ ਦੇ ਵਿੱਚ ਕੀ ਆ ਦਰੇ ਨੇ, ਜਿਸ ਤਰ੍ਹਾਂ ਕੀ ਆ ਥਾਲ ਘਾਟ, ਉਸ ਤੋਂ ਅੱਗੇ ਸਾਡੇ ਕੋਲ ਭੋਰ ਘਾਟ ਅਤੇ ਪਾਲ ਘਾਟ, ਇਹ ਕੀ ਨੇ ਦਰੇ ਨੇਗੇ। ਇਹਦੇ ਵਿੱਚ ਨੀਲਗਿਰੀ ਪਰਬਤ ਵੀ ਆਉਂਦੇ ਨੇ, ਇੱਥੇ ਕੀ ਨੇਗੇ ਨੀਲਗਿਰੀ ਪਰਬਤ ਵੀ ਆਉਂਦੇ ਨੇ। ਇੱਧਰ ਜਿਹੜਾ ਹੈਗਾ ਪੂਰਬੀ ਘਾਟ, ਆਹ ਕਿਹੜਾ ਸੀ ਸਾਡੇ ਕੋਲ ਪੱਛਮੀ ਘਾਟ, ਹੁਣ ਜਿਹੜਾ ਹੈਗਾ ਸਾਡੇ ਕੋਲ ਹੈਗਾ ਇਹ ਪੂਰਬੀ ਘਾਟ। ਤਾਂ ਇਹ ਪੂਰਬੀ ਘਾਟ ਜਿਹੜਾ ਹੈਗਾ ਇਹ ਖਾੜੀ ਬੰਗਾਲ ਜਿਹੜੀ ਹੈਗੀ ਆ ਇਹਦੇ ਸਮਾਨ ਅੰਤਰ ਜਿਹੜਾ ਹੈਗਾ ਇਹ ਫੈਲਿਆ ਹੋਇਆ ਹੈਗਾ। ਇਹਦੇ ਵਿੱਚ ਅਲੱਗ ਅਲੱਗ ਜਿਹੜੀਆਂ ਨੇ ਪਹਾੜੀਆਂ ਦੇ ਰੂਪ ਵਿੱਚ ਹੈਗਾ ਜੀ। ਇਸ ਦੀ ਜਿਹੜੀ ਸਭ ਤੋਂ ਉੱਚੀ ਚੋਟੀ ਆ ਉਹ ਆ ਮਹਿੰਦਰਾ ਗਿਰੀ, ਕਿਹੜੀ ਆ ਸਭ ਤੋਂ ਉੱਚੀ ਚੋਟੀ ਮਹਿੰਦਰਾ ਗਿਰੀ ਆ। ਤਾਂ ਇਸ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਦਰਾ ਬੇਟਾ ਨਹੀਂ ਆਉਂਦਾ ਹੈਗਾ। ਤਾਂ ਉਮੀਦ ਆ ਕਿ ਤੁਹਾਨੂੰ ਜਿਹੜਾ ਹੈਗਾ ਪ੍ਰਾਇਦੀਪੀ ਪਠਾਰ ਦੇ ਬਾਰੇ ਵਿੱਚ ਜਿਹੜੀ ਆ ਸਮਝ ਲੱਗ ਗਈ ਹੋਵੇਗੀ। ਇਸ ਨਾਲ ਸੰਬੰਧਿਤ ਜੋ ਤੁਹਾਨੂੰ ਹੋਮਵਰਕ ਦਿੱਤਾ ਜਾਊਗਾ ਬੇਟਾ ਉਹ ਤੁਸੀਂ ਧਿਆਨ ਨਾਲ ਕਰਨਾ। ਥੈਂਕ ਯੂ।